पार्टी वालों बंद नु समर्थन दिता गया, की कहना चाहोगे इस बारे? हां जी, साडा पहले तां जी बोले सुन के भगवान वाल्मीकि महाराज जी की है। हां जी, सानु कोल आई सी 35 किलो 40 किलो कोल मेरा बच्चा सी लाग गया साडे वाल्मीकि जी कि साडा बंदा सदा पूरे पंजाब दा, ओदे वास्ते एकता पार्टी ने पूरे कमोहेल विच पूरे पंजाब दे किथे किथे साडी पार्टी चलदी है, ओथे असीं समर्थन देवांगे ते देवांगे। साडा मांग हैगी एकता पार्टी वालों, केड़ा वाल्मीकि महाराज दा कलर चैनल ते लव कुछ नाटक चलाया गया, सिरे चलाया गया, उहदे अकॉर्डिंग ही असीं अज पंजाब बंद दे नाल साथ दे रहे हां। ते इहदा मांग केड़ी साडी पंजाब सरकार सेंटर सरकार ते इह आ एकता पार्टी वालों कि जे साडी मंग ना मंगी गई ते असीं कल नूं भारत बंद ही करावांगे। जे भारत बंद ना करावां होया जे साडी मंग मंगी सिया राम ते लव कुछ जो सीरियल कलर चैनल दे विच जो कि काफी समय तो चलता आ रहा, जिदे विच भगवान वाल्मीकि छवि नूं ਮਿਲ ਕੀਤਾ ਗਿਆ ਤੇ ਵਾਲਮੀ ਸਮਾਜ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ, ਭਗਵਾਨ ਵਾਲਮੀ ਦਾ ਅਪਮਾਨ ਕੀਤਾ ਗਿਆ, ਉਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਜ਼ਿਲ੍ਹੇ ਪੱਧਰ ਤੇ ਪਿੰਡਾਂ ਪਿੰਡ ਪੱਧਰ ਤੇ ਸ਼ਹਿਰ ਪੱਧਰ ਤੇ ਰੋਸ ਪ੍ਰਦਰਸ਼ਨ ਜਿਹੜੇ ਵੱਡੀ ਤਾਦਾਦ 'ਚ ਕੀਤੇ ਜਾ ਰਹੇ ਹਨ, ਜਿਹਨੂੰ ਲੈ ਕੇ ਅੱਜ ਕਪੂਰਥਲੇ ਦੇ ਵਿੱਚ ਵੀ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਧਾਰਮਿਕ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਜਿਹੜਾ ਆ ਉਹ ਬੜੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਆ। ਤੇ ਸਾਡੀ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੰਗ ਆ ਕਿ ਇਹ ਸੀਰੀਅਲ ਜਿਹੜਾ ਆ ਤੁਰੰਤ ਬੰਦ ਕੀਤਾ ਜਾਵੇ। ਜੇਕਰ ਸੀਰੀਅਲ ਇਹ ਬੰਦ ਨਾ ਕੀਤਾ ਗਿਆ, ਹਾਲੇ ਤੇ ਪੰਜਾਬ ਬੰਦ ਦੀ ਗੱਲ ਆ, ਆਉਣ ਸਮੇਂ ਦੇ ਵਿੱਚ ਇਹਦੇ ਸਿੱਟੇ ਜਿਹੜੇ ਬੜੇ ਗੰਭੀਰ ਹੋਣਗੇ। ਇਹਦੇ ਜਿਹੜਾ ਵਾਲਮੀਕਿ ਭਾਈਚਾਰਾ ਜਿਹੜਾ ਅਤੇ ਸਮੂਹ ਦਲਿਤ ਭਾਈਚਾਰਾ ਸੜਕਾਂ ਤੇ ਆ ਕੇ ਵੱਡੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ। ਸੋ ਸਾਡੀ ਸਰਕਾਰ ਨੂੰ ਅਪੀਲ ਹੈ ਇਸ ਚੈਨਲ ਨੂੰ ਤੁਰੰਤ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ। ਸੁਰੱਖਿਆ ਪ੍ਰਬੰਧ ਕੀਤੇ ਗਏ ਵਾਲਮੀਕਿ ਭਾਈਚਾਰੇ ਵੱਲੋਂ ਜਿਹੜਾ ਕਲਰ ਪਲੱਸ ਚੈਨਲ ਦੇ ਉੱਤੇ ਜਿਹੜਾ ਇੱਕ ਸੀਰੀਅਲ ਚੱਲ ਰਿਹਾ ਜਿਹੜਾ ਹੈਗਾ ਅੱਜ ਤੁਸੀਂ ਪੰਜਾਬ ਬੰਦ ਦੇ ਸੰਬੰਧ ਵਿੱਚ ਕਪੂਰਥਲਾ ਦੇ ਸਾਡਾ ਬਿਲਕੁਲ ਪੀਸਫੁਲੀ ਬੰਦ ਹੈ। ਉਹਦੇ ਸੰਬੰਧ ਵਿੱਚ ਅਸੀਂ ਟੋਟਲ ਜਿਹੜੇ ਆ ਜਿੰਨੇ ਮੇਨ ਚੌਂਕਸ ਨੇ ਜਿੰਨੇ ਅਦਾਰੇ ਆ ਉਹਨੇ ਅਸੀਂ ਆਪਣੀ ਸਫੀਸ਼ੈਂਟ ਫੋਰਸ ਲਾਈ ਹੋਈ ਹੈ ਕਿ ਕਿਸੇ ਕਿਸਮ ਦੀ ਕੋਈ ਅਨੁਕੂਲ ਘਟਨਾ ਨਾ ਹੋਵੇ। ਪਰ ਸਾਡੀ ਜਿਹੜੀ ਇੱਥੋਂ ਦੀਆਂ ਜਥੇਬੰਦੀਆਂ ਨੇ ਬਾਲਵੀਰ ਭਾਈਚਾਰੇ ਦੀਆਂ ਉਹਨਾਂ ਨਾਲ ਸਾਡੀ ਜਿਹੜੀ ਅਸੀਂ ਕੱਲ੍ਹ ਮੀਟਿੰਗ ਕਰਕੇ ਉਹਨਾਂ ਨੇ ਕਿਹਾ ਸੀ ਅਸੀਂ ਪੀਸਫੁਲੀ ਜਿਹੜਾ ਹੈਗਾ ਇਹ ਆਪਣਾ ਰੋਸਟ ਗੁਜ਼ਾਰਾ ਕਰਨਾ ਹੈਗਾ। ਦੋਵੇਂ ਦੂਸਰੀ ਚਾਂਸ ਬੈਠੇ ਆ ਬਿਲਕੁਲ ਪੀਸਫੁਲੀ ਕਰ ਰਹੇ ਹੈਗਾ। ਉਸ ਸੰਬੰਧ ਵਿੱਚ ਸਾਡੇ ਕੋਲ 12 ਵੀ ਹੁਣ ਸਾਡੀ ਫੋਰਸ ਹੈਗੀ ਪੂਰੀ ਘਰੇ ਦੀ ਅਤੇ ਟੋਟਲ ਸਾਡੇ 500-600 ਜਵਾਨ ਜਿਹੜਾ ਹੈਗਾ ਅਸੀਂ ਇਹ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਨੇ ਔਰ ਬਿਲਕੁਲ ਇਹ ਪੀਸਫੁਲੀ ਜਿਹੜਾ ਹੈਗਾ ਔਰ ਸ਼ਾਂਤਮਈ ਤਰੀਕੇ ਨਾਲ ਜਿਹੜਾ ਹੈਗਾ। ਉਸ ਵੇਲੇ ਸਰ ਮਾਮੂਲੀ ਚਰਪਾਨੀ ਦੀ ਕੋਈ ਗੱਲ ਆਈ ਹੈ ਉਹ ਕੋਈ ਮਾੜਾ ਮੋਟਾ ਹੈਗਾ ਕਿ ਉਹਦੇ ਵਿੱਚ ਕੋਈ ਕੁਛ ਨਹੀਂ, ਉਹ ਗਲਤ ਫੈਮਲੀਜ਼ ਹੈਗੀਆਂ ਨੇ ਉਸ ਸੰਬੰਧੀ ਅਸੀਂ ਮੌਕੇ ਦੇ ਉੱਤੇ ਜਾ ਕੇ ਦੇਖ ਲਿਆ ਕਿਸੇ ਕਿਸਮ ਦੀ ਕੋਈ ਗੱਲ ਨਹੀਂ। ਕਮਲ ਸਹੋਤਾ ਵਾਲਮੀਕਿ ਨੌਜਵਾਨ ਸਭਾ ਪ੍ਰਧਾਨ ਕਪੂਰਥਲਾ, ਅੱਜ ਜੋ ਨਾਟਕ ਰਾਮ ਕੇ ਸੀ ਹੈ ਲਵ ਕੁਛ ਚੱਲਦਾ ਸੀ, ਭਗਵਾਨ ਵਾਲਮੀਕਿ ਜੀ ਦੀ ਰਮਾਇਣ ਨੂੰ ਜੋ ਉਧਰ ਕੀਤਾ ਗਿਆ ਵਾ ਅਸੀਂ ਉਸ ਦੇ ਵਿੱਚ ਪ੍ਰਦਰਸ਼ਨ ਕਰਦੇ ਹੋਏ ਡੀਸੀ ਚੌਂਕ ਦੇ ਵਿੱਚ ਧਰਨਾ ਲਾ ਕੇ ਬੈਠੇ ਜਲੰਧਰ ਰੋਡ ਤੇ। ਸਾਡੀ ਸਰਕਾਰ ਅੱਗੇ ਬੇਨਤੀ ਆ ਕਿ ਸਾਡੇ ਮੈਂ ਇਹ ਕਲਰਸ ਚੈਨਲ ਤੇ ਜੋ ਨਾਟਕ ਚੱਲਦਾ ਹੈ ਉਸ ਨੂੰ ਬੰਦ ਕੀਤਾ ਜਾਵੇ। ਇੰਨਾ ਹੀ ਕਹਿੰਦਾ ਹੋਇਆ ਜੈ ਵਾਲਮੀਕਿ ਹਰ ਹਰ ਵਾਲਮੀਕਿ।